ਹਾਂ ਜੀ ਬਾਬਿਓ, ਕੀ ਹਾਲ ਚਾਲ ਐਂਡ ਸਵਾਗਤ ਹੈ ਜੀ ਮੇਰੇ ਨਵੀਂ ਵੀਡੀਓ ਦੇ ਵਿੱਚ। ਸਵੇਰ ਦੇ 5:30 ਵੱਜ ਗਏ ਅਤੇ ਮੈਂ ਇਸ ਵਕਤ ਕੰਮ 'ਤੇ ਬੈਠਾ ਅਤੇ ਮੈਂ ਕਿਹਾ ਚਲੋ ਮਾੜਾ ਮੋਟਾ ਦਿਖਾ ਦਾਂ ਵੀ ਮੇਰਾ ਕੰਮ ਕਿੱਦਾਂ ਦਾ ਹੁੰਦਾ। ਅੱਜ ਮੇਰੀ ਸੀਗੀ ਸੌਣ ਦੀ, ਜਿਵੇਂ ਕੱਲ੍ਹ ਮੈਂ 3:30 ਵਜੇ ਦੁਪਹਿਰੇ ਮੇਰਾ ਕੰਮ ਸ਼ੁਰੂ ਸੀ ਐਂਡ 3:30 ਵਜੇ ਤੋਂ ਲੈ ਕੇ 9 ਵਜੇ ਤੱਕ ਸਾਰਾ ਕਲਾਇੰਟਸ ਦਾ ਧਿਆਨ ਰੱਖਣਾ, ਉਹਨਾਂ ਨੂੰ ਡਿਨਰ ਬਣਾ ਕੇ ਦੇਣਾ ਅਤੇ ਮੈਡੀਕੇਸ਼ਨ ਕਰਨੀ, ਸਾਰਾ ਕੁਝ ਕਰਨਾ। ਐਂਡ ਉਸ ਤੋਂ ਬਾਅਦ ਮੇਰਾ 9 to 10 ਵੈਸੀ ਬਿੱਲੀਆਂ ਮਾਰ ਲਈਆਂ। ਉਸ ਤੋਂ ਬਾਅਦ ਮੇਰੀ ਸੌਣ ਦੀ ਸ਼ਿਫਟ ਸੀਗੀ ਅਤੇ ਮੈਂ ਤੁਹਾਨੂੰ ਮਾੜਾ ਮੋਟਾ ਕਮਰਾ ਦਿਖਾ ਦਾਂਗਾ, ਪ੍ਰੋਪਰ ਤਾਂ ਨਹੀਂ ਦਿਖਾ ਸਕਦਾ ਮੈਂ ਕਿਉਂਕਿ ਕੰਪਨੀ ਦਾ ਨਾਮ ਐਂਡ ਕੀ ਕਹਿੰਦੇ ਆ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਨਹੀਂ ਸ਼ੋਅ ਕਰ ਸਕਦੇ, ਉਹ ਕਲਾਇੰਟਸ ਦੀਆਂ ਨਾਮ ਜਾਂ ਕਲਾਇੰਟਸ ਦੀ ਕੋਈ ਇਨਫੋਰਮੇਸ਼ਨ ਕਿਉਂਕਿ ਆਸ ਪਾਸ ਪਈਆਂ ਹੁੰਦੀਆਂ, ਪਰ ਮੈਂ ਕੋਸ਼ਿਸ਼ ਕਰਾਂਗਾ ਜਿੰਨਾ ਕੁ ਮੈਂ ਦਿਖਾ ਸਕਾਂ। ਐਂਡ ਮੇਰੀ 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਸੌਣ ਦੀ ਸ਼ਿਫਟ ਸੀਗੀ। ਜਿਵੇਂ ਇਹ ਚੇਅਰ ਹੈ, ਇਹ ਪ੍ਰਿੰਟਰ ਪਿਆ ਹੋਇਆ, ਇਹ ਮੇਰਾ ਬੈਗ ਹੈ, ਨੀਚੇ ਹੈੱਡਫੋਨ ਵਗੈਰਾ ਪਏ ਹੋਏ ਆ ਅਤੇ ਹੋਰ ਹੇਅਰਡ੍ਰਾਇਅਰ ਵਗੈਰਾ ਪਏ ਹੋਏ ਆ। ਐਂਡ ਇਹ ਸਾਰਾ ਆਫਿਸ ਹੈ, ਉਹ ਮੇਰਾ ਲੰਚ ਪਿਆ ਹੋਇਆ ਉੱਥੇ, ਡਿਨਰ ਪਿਆ ਹੋਇਆ। ਐਂਡ ਇਹ ਮੇਰਾ ਬੈੱਡ ਹੈ, ਆਪਾਂ ਹੁਣ ਬੈੱਡ ਸਾਫ਼ ਸਫਾਈ ਕਰਕੇ ਚਲੇ ਜਾਵਾਂਗੇ। ਇਹ ਸ਼ਾਵਰ ਅੰਦਰ ਹੀ ਅਤੇ ਇਹ ਆਪਣਾ ਟੋਇਲਟ ਵਗੈਰਾ ਸਾਰਾ ਅੰਦਰ ਹੀ ਪਿਆ ਹੋਇਆ। ਐਂਡ ਜੇ ਕੋਈ ਖਾਣਾ ਪੀਣਾ ਹੈ ਸਾਰਾ ਇੱਥੇ ਹੀ ਪਿਆ ਹੁੰਦਾ। ਖਾਣਾ ਤਾਂ ਚਲੋ ਆਪਣਾ ਹੀ ਹੈ ਵੀ ਬੰਦਾ ਬਾਹਰ ਵੀ ਖਾ ਲੈਂਦਾ, ਵੀ ਕਲਾਇੰਟਸ ਦਾ ਨਹੀਂ ਖਾਂਦਾ ਕਿਉਂਕਿ ਚਲੋ ਮਨਾ ਨਹੀਂ ਕਰਦੇ, ਪਰ ਇੱਕ ਅੱਛਾ ਜੈਸਚਰ ਨੇ, ਇੱਕ ਅੱਛਾ ਐਕਸਪ੍ਰੈਸ਼ਨ ਨਹੀਂ ਹੁੰਦਾ ਵੀ ਕਲਾਇੰਟਸ ਦਾ ਖਾਣਾ। ਕੌਫੀ ਵਗੈਰਾ, ਦੁੱਧ ਵਗੈਰਾ ਸਭ ਇੱਥੇ ਹੀ ਪਿਆ ਹੋਇਆ, ਬਾਕੀ ਖਾਣਾ ਪੀਣਾ ਤਾਂ ਬਾਹਰ ਹੀ ਮੰਗਾ ਲੈਂਦੇ ਹਾਂ। ਐਂਡ ਹੁਣ 1/2 ਘੰਟੇ ਘਰ ਜਾ ਕੇ ਸੋਵਾਂਗੇ ਨਾ, ਸਾਰੇ ਡਾਰਕ ਸਰਕਲਸ ਪੈ ਗਏ ਇੱਥੇ। ਹੁਣ 1/2 ਘੰਟੇ 'ਚ ਆਪਣੀ ਕੀ ਕਹਿੰਦੇ ਆ ਸ਼ਿਫਟ ਖਤਮ ਹੋ ਜਾਏਗੀ, ਉਸ ਤੋਂ ਬਾਅਦ ਆਪਾਂ ਜਾ ਕੇ ਸੋ ਜਾਵਾਂਗੇ ਘਰ। ਅੱਜ ਦਾ ਟੋਪਿਕ ਸੋਚਿਆ ਨਹੀਂ ਕੀ ਬਣਾਉਣਾ ਹਜੇ, ਮੇ ਬੀ ਜਦੋਂ ਵਿਹਲੇ ਹੋ ਜਾਵਾਂਗੇ ਫਿਰ ਸੋਚ ਲਾਂਗੇ। ਹਜੇ ਆਪਾਂ ਕੌਫੀ ਬਣਾਈ ਆਪਣੇ ਵਾਸਤੇ ਐਂਡ ਚੋਕਲੇਟ ਖਾਈਏ, 2 ਖਾ ਚੁੱਕਾ ਆਲਰੇਡੀ, ਮੈਂ ਜ਼ਿਆਦਾ ਹੋ ਜੂਗੀ ਪਰ ਕੋਈ ਨਹੀਂ। ਮੈਂ ਕੰਮ ਤੋਂ ਆ ਗਿਆ ਸੀ ਐਂਡ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਮੈਂ ਕਿਸ ਬਾਰੇ ਗੱਲ ਕਰਨੀ ਹੈ, ਵੀ ਆਪਾਂ ਇੰਨੇ ਸਾਰੇ ਪੈਸੇ ਕਿੱਦਾਂ ਕਮਾ ਸਕਦੇ ਹਾਂ। ਐਕਚੁਅਲੀ ਮੈਨੂੰ ਮੇਰੇ ਫਰੈਂਡ ਨੇ ਦੱਸਿਆ ਸੀ ਐਂਡ ਮੈਂ ਫਿਰ ਕੰਪਨੀ ਨੂੰ ਕੰਟੈਕਟ ਕੀਤਾ ਜਿਹੜੀ ਕੰਪਨੀ ਇਹ ਸਭ ਕਰਦੀ ਹੈ। ਐਂਡ ਉਹਨਾਂ ਨੇ ਮੈਨੂੰ ਇੱਕ ਲਿੰਕ ਭੇਜਿਆ ਮੈਸੇਜ ਐਂਡ ਈਮੇਲ ਥਰੂ, ਉਹ ਮੈਂ ਲਿੰਕ ਮੈਂ ਆਪਣੇ ਆਪ ਨੂੰ ਸ਼ੇਅਰ ਕਰ ਲਿਆ ਸੀ ਵਟਸਐਪ 'ਤੇ। ਮੈਂ ਤੁਹਾਨੂੰ ਦਿਖਾਉਂਦਾ ਵੀ ਆਪਾਂ $5,000 2 ਦਿਨ ਦੇ ਵਿੱਚ ਕਿੱਦਾਂ ਕਮਾ ਸਕਦੇ ਹਾਂ ਜੋ ਕੰਪਨੀ ਕਲੇਮ ਕਰਦੀ ਹੈ। ਅਤੇ ਮੇਰੀ ਕੰਪਨੀ ਨਾਲ ਗੱਲ ਵੀ ਹੋਈ ਸੀ, ਉਹ ਤੁਹਾਨੂੰ ਮੈਂ ਦੱਸਦਾ। ਪਹਿਲਾਂ ਮੈਨੂੰ ਕੰਪਨੀ ਨੇ ਈਮੇਲ ਭੇਜੀ, ਉਹ ਮੈਂ ਤੁਹਾਨੂੰ ਈਮੇਲ ਦਿਖਾ ਦਿੰਦਾ, ਈਮੇਲ ਮੈਂ ਲਿੰਕ ਆਪਣੇ ਆਪ ਨੂੰ ਸ਼ੇਅਰ ਕਰ ਲਿਆ ਸੀ, ਮੈਂ ਲਿੰਕ ਦਿਖਾ ਦਿੰਦਾ। ਐਂਡ ਉਸ ਤੋਂ ਬਾਅਦ ਮੇਰੀ ਕੰਪਨੀ ਨਾਲ ਗੱਲ ਹੋਈ ਅਤੇ ਕੰਪਨੀ ਨਾਲ ਜਦੋਂ ਮੇਰੀ ਗੱਲ ਹੋ ਰਹੀ ਸੀ, ਕੰਪਨੀ ਕਹਿੰਦੀ ਵੀ ਜਿਹੜੀ ਡੇਟ ਸੀਗੀ ਨਾ ਇਸ ਚੀਜ਼ ਨੂੰ, ਐਕਚੁਅਲੀ ਸਟੱਡੀ ਹੈ ਇਹ ਸਟੱਡੀ ਦੀ ਜਿਹੜੀ ਡੇਟ ਸੀਗੀ ਉਹ ਸੀਗੀ ਦੁਪਹਿਰ ਦੀ, ਮਤਲਬ ਕਿ ਜਿਵੇਂ 27th March ਦੀ ਸੀਗੀ। ਐਂਡ 27th March ਨੂੰ ਮੈਂ
ਸਵੇਰੇ ਫਿਨਿਸ਼ ਕੀਤਾ ਸੀ ਐਂਡ ਦੁਪਹਿਰੇ ਮੇਰੇ ਲਈ ਜਾਣਾ ਔਖਾ ਸੀ ਕਿਉਂਕਿ ਮੈਂ ਨਾਈਟ ਸ਼ਿਫਟ ਕਰਕੇ ਆਇਆ ਸੀ, ਰਾਤੀ ਨੀਂਦ ਆਈ ਨਹੀਂ ਚੰਗੀ ਤਰ੍ਹਾਂ, ਜਿਹਦੇ ਕਰਕੇ ਮੈਨੂੰ ਸੀਗਾ ਵੀ ਮੈਂ ਦੁਪਹਿਰੇ ਜਾ ਨਹੀਂ ਪਾਵਾਂਗਾ, ਤਾਂ ਕਰਕੇ ਮੇਰੀ ਆਹ ਚੀਜ਼ ਰਹਿ ਗਈ। ਬਾਕੀ ਮੇਰਾ ਵੀ ਦਿਲ ਸੀਗਾ ਵੀ ਆਪਾਂ ਕੁਝ ਨਵਾਂ ਟਰਾਈ ਕਰੀਏ ਅਤੇ ਨਾਲੇ ਦੱਸੀਏ ਵੀ ਕਿੱਦਾਂ, ਵੀ ਨਾਲੇ ਰਿਵਿਊ ਵੀ ਦੇਵਾਂਗਾ ਇਹਦਾ ਕੀ ਹਿਸਾਬ ਹੈ, ਪਰ ਉਹ ਚੀਜ਼ ਹੋ ਨਹੀਂ ਪਾਈ। ਮੇ ਬੀ ਨੈਕਸਟ ਟਾਈਮ ਜੇ ਮੈਨੂੰ ਇੱਦਾਂ ਦਾ ਕੋਈ ਹੋਰ ਔਫਰ ਆਇਆ ਜਾਂ ਇੱਦਾਂ ਦੀ ਸਟੱਡੀ ਦੀ ਕੋਈ ਹੋਰ ਮੈਨੂੰ ਚਾਂਸ ਮਿਲਿਆ, ਉਹ ਮੈਂ ਤੁਹਾਨੂੰ ਪ੍ਰੋਪਰ ਸ਼ੇਅਰ ਕਰੂੰਗਾ ਵੀ ਕੀ ਹਿਸਾਬ ਕਿਤਾਬ ਸੀਗਾ। ਐਂਡ ਆਪਾਂ ਸ਼ੁਰੂ ਕਰਦੇ ਹਾਂ, ਮੈਂ ਕੈਮਰਾ ਪੁੱਠਾ ਕਰਦਾ। ਆ ਜਿਹੜਾ ਲਿੰਕ ਇਹਨਾਂ ਨੇ ਇੱਥੇ ਕਲੇਮ ਕੀਤਾ ਹੋਇਆ ਵੀ ਮੇਲ ਵਲੰਟੀਅਰਸ ਨੀਡਿਡ ਫੋਰ 2 ਨਾਈਟਸ ਸਟੱਡੀ ਕਰਨੀ ਕੋਈ ਇਹਨਾਂ ਨੇ, ਐਂਡ $5,000 ਦੋ ਰਾਤ ਦੇ ਮਿਲਣਗੇ। ਆਪਾਂ ਲਿੰਕ ਕਲਿੱਕ ਕਰਦੇ ਹਾਂ ਐਂਡ ਆਰ ਈ ਕੰਪਨੀ ਨਿਊਕਲੀਅਸ ਨੈਟਵਰਕ ਜਿਹੜੀ ਆਹ ਚੀਜ਼ ਕਰ ਰਹੀ ਹੈ, ਆਹ ਟਰਾਇਲਸ ਕੰਡਕਟ ਕਰਦੀ ਹੈ, ਜਿਹੜੇ ਕਿ ਮੈਂ ਚਾਹੁੰਦਾ ਸੀ ਵੀ ਮੈਂ ਵੀ ਹੋਵਾਂ। ਇੱਥੇ ਲਿਖਿਆ ਹੋਇਆ ਪਰਪਸ ਆਫ ਸਟੱਡੀ, ਦਾ ਸਟੱਡੀ ਓਕੇ, ਜਿਹੜੀ ਹਾਈਪਰ ਟੈਨਸ਼ਨ ਜਿਹੜੀ ਹੁੰਦੀ ਹੈ ਬਿਮਾਰੀ, ਹਾਈ ਬਲੱਡ ਪ੍ਰੈਸ਼ਰ, ਉਹਦੀ ਕੋਈ ਦਵਾਈ ਇਹਨਾਂ ਨੇ ਟੈਸਟ ਕਰਨੀ ਸੀਗੀ ਮੈਨੂੰ ਲੱਗਦਾ ਬੰਦਿਆਂ 'ਤੇ, ਉਸੇ ਲਈ ਸਾਨੂੰ ਉੱਥੇ ਰੱਖਿਆ ਜਾਣਾ ਸੀ। ਦਾ ਹਾਰਸ ਆਹ ਡਰੱਗ ਟਰਾਈ ਕਰਨਾ ਸੀ ਇਹਨਾਂ ਨੇ, ਜਿਵੇਂ ਦਵਾਈ ਹੁੰਦੀ ਹੈ ਕੋਈ ਬਲੱਡ ਪ੍ਰੈਸ਼ਰ ਦੀ, ਉਹ ਸਿੰਪਲ ਟਰਾਈ ਕਰਨੀ ਸੀਗੀ। ਅਤੇ ਆਪਾਂ ਦਵਾਈ ਦੇਖਦੇ ਹਾਂ ਕਿ ਦਵਾਈ ਕਿਹੜੀ ਹੈ, ਇਹ ਰਿਲੈਕਸੀਨ। ਓਕੇ, ਕੋਈ ਇਹ ਹਾਰਮੋਨਸ ਹੈਗੇ ਹੈ, ਹਾਰਮੋਨਸ ਲਾ ਲਓ ਜਾਂ ਡਰੱਗ ਲਾ ਲਓ, ਜਿਹੜਾ ਕਿ ਫੀਮੇਲਸ ਦੇ ਵਿੱਚ ਰਿਲੀਜ਼ ਹੁੰਦਾ ਜਦੋਂ ਉਹ ਪ੍ਰੈਗਨੈਂਟ ਹੁੰਦੇ ਹੈ, ਐਂਡ ਉਹੀ ਮੇਰੇ ਖਿਆਲ 'ਚ ਹਾਰਮੋਨਸ ਇਹਨਾਂ ਨੇ ਮੁੰਡਿਆਂ 'ਤੇ ਟਰਾਈ ਕਰਨਾ ਸੀ ਵੀ ਇਹਨਾਂ ਦੇ ਹਾਰਮੋਨਸ ਜਦੋਂ ਆਪਾਂ ਪਾਉਂਦੇ ਹਾਂ ਤਾਂ ਬਲੱਡ ਪ੍ਰੈਸ਼ਰ ਘੱਟਦਾ ਹੈ ਕਿ ਨਹੀਂ ਘੱਟਦਾ, ਤਾਂ ਕਿ ਅੱਗੇ ਜਾ ਕੇ ਉਹਦੀ ਦਵਾਈ ਬਣਾ ਸਕੀਏ ਐਂਡ ਉਹ ਵੇਚ ਸਕੀਏ। ਐਂਡ ਵੋਲੰਟੀਅਰਸ ਨੀਡਿਡ ਮੁੰਡਾ, ਅੱਛਾ ਪਿੱਛੇ ਇਹਨਾਂ ਨੇ ਲਿਖਿਆ ਹੋਇਆ ਸੀ ਇਕੱਲਾ ਮੇਲ, ਇੱਥੇ ਲਿਖਿਆ ਹੋਇਆ ਮੇਲ ਐਂਡ ਫੀਮੇਲ, ਸੋ ਮੇ ਬੀ ਆਈ ਡੋਨਟ ਨੋ, ਮੇ ਬੀ ਇਹਨਾਂ ਨੂੰ ਦੋਨੋਂ ਚਾਹੀਦੇ ਹੋਣ। ਮੇਰੀ ਗੱਲ ਹੋਈ ਸੀ ਕਿ ਮੈਂ ਇਹਨਾਂ ਦੀ ਕੈਟੇਗਰੀਜ਼ ਦੇ ਵਿੱਚ ਆ ਗਿਆ ਸੀ, ਮੇਰੇ ਆਹ ਵੀ ਸਹੀ ਸੀਗਾ, ਏਜ ਵੀ ਮੇਰੀ ਸਹੀ ਸੀਗੀ, ਕੋਈ ਮੈਡੀਕਲ ਹਿਸਟਰੀ ਨਹੀਂ ਸੀਗੀ ਮੇਰੇ ਕੋਲ, ਐਂਡ ਮੈਂ ਕੋਈ ਦਵਾਈ ਨਹੀਂ ਲੈ ਰਿਹਾ, ਮੈਂ ਕੋਈ ਸਮੋਕ ਵਗੈਰਾ ਨਹੀਂ ਕਰਦਾ। ਅਤੇ 2 ਰਾਤ ਕੱਟਣੀ ਸੀ ਇਹਨਾਂ ਦੇ ਕੋਲ, ਉਹ ਦਵਾਈ ਇਹਨਾਂ ਨੇ ਦੇਣੀ ਸੀ, ਐਂਡ 7 ਫੋਲੋਅਪ ਵਿਜ਼ਿਟ ਸੀਗੀਆਂ, ਜਿਵੇਂ ਉਸ ਤੋਂ ਬਾਅਦ 7 ਛੋਟੀ ਛੋਟੀਆਂ ਵਿਜ਼ਿਟਸ ਹੋਣਗੀਆਂ, ਮੇ ਬੀ ਅੱਧੇ ਕੁ ਘੰਟੇ ਦੀਆਂ ਉਹ ਇਹਨਾਂ ਨੇ ਕਿਹਾ ਸੀ, ਡਿਪੈਂਡ ਕਰਦਾ ਡਾਕਟਰ 'ਤੇ। ਐਂਡ ਆਹ ਇੰਨੇ ਪੈਸੇ ਮਿਲਣੇ ਸੀਗੇ ਆਪਾਂ ਨੂੰ, ਇਹ ਜਿਹੜੇ ਪੈਸੇ ਹੈਗੇ ਆ $5,000, ਇਹ ਆਪਾਂ ਟੈਕਸ, ਸਾਨੂੰ ਟੈਕਸ ਨਹੀਂ ਪਏਗਾ, ਮੈਨੂੰ ਜੋ ਬੰਦੇ ਨੇ ਕਿਹਾ ਸੀਗਾ। ਐਂਡ ਆ ਰਿਹਾ ਆਪਸ਼ਨ 1 ਤਾਂ ਚਲੋ ਨਿਕਲ ਹੀ ਗਈ ਸੀਗੀ, ਆਪਸ਼ਨ 2 ਜਿਹੜੀ ਸੀਗੀ ਆਹ 27th March ਨੂੰ ਸ਼ੁਰੂ ਹੋਣਾ ਸੀ, ਪਰ ਮੇਰਾ ਰਹਿ ਗਿਆ ਕਿਉਂਕਿ ਮੈਂ ਕੰਮ 'ਤੇ ਸੀ। ਐਂਡ ਚਲੋ ਜੇ ਨਹੀਂ ਹੁੰਦਾ ਤਾਂ ਮੈਂ ਤੁਹਾਨੂੰ ਪ੍ਰੋਪਰ ਸਾਰਾ ਐਕਸਪੀਰੀਅੰਸ ਸ਼ੇਅਰ ਕਰਦਾ। ਕੋਈ ਡਰੱਗ ਦੇ ਰਹੇ ਹੈ ਪਤਾ ਨਹੀਂ ਸੇਫ ਹੈ ਕਿ ਨਹੀਂ, ਅਤੇ ਮੈਨੂੰ ਲੱਗਦਾ ਵੀ ਜਿਵੇਂ ਆਸਟ੍ਰੇਲੀਆ ਵਰਗੇ ਸ਼ਹਿਰ ਦੇ ਵਿੱਚ ਜਿਵੇਂ ਇੱਦਾਂ ਦੀ ਕੋਈ ਸਟੱਡੀ ਕੰਡਕਟ ਕਰਦੇ ਹਾਂ ਅਤੇ ਪੈਸੇ ਬਿਲਕੁਲ ਵਧੀਆ, $5,000 ਕੋਈ ਟੈਕਸ ਨਹੀਂ ਪੈ ਰਿਹਾ ਆਪਾਂ ਨੂੰ, ਜੇ ਆਪਾਂ ਕਿੱਥੇ ਬਾਹਰ ਕੰਮ ਕਰਾਂਗੇ ਅਤੇ ਕਿੱਥੇ $7,000 ਕਿ $8,000 ਕਮਾਵਾਂਗੇ ਤਾਂ ਆਪਾਂ ਨੂੰ ਜਾ ਕੇ $5,000 ਟੈਕਸ ਬਚੇਗਾ, ਵੀ ਇੰਨਾ ਤਾਂ ਟੈਕਸ ਨਿਕਲ ਜਾਂਦਾ। ਅਤੇ $8,000 ਤੁਸੀਂ ਲਾ ਲਓ ਵੀ ਲੋਕਾਂ ਦੀ 3 ਕੁ ਮਹੀਨੇ ਦੀ ਕਮਾਈ ਹੈ, ਕਈਆਂ ਦੀ 4 ਮਹੀਨੇ ਦੀ ਕਮਾਈ ਹੈ ਜਿਹੜੇ $2,000 ਕਮਾ ਰਹੇ ਹੈ 1 ਮਹੀਨੇ ਦੇ, ਅਤੇ ਉਹੀ ਹੈ 3 ਤੋਂ 4 ਮਹੀਨੇ ਦੀ ਕਮਾਈ ਹੈ $8,000। ਐਂਡ ਉਹ ਜਿਹੜੇ ਆਪਾਂ ਸਿਰਫ 2 ਰਾਤ ਦੇ ਵਿੱਚ ਕਰ ਰਹੇ ਹਾਂ ਅਤੇ ਕੋਈ ਮਾੜਾ ਵੀ ਨਹੀਂ ਹੈ। ਐਂਡ ਮੈਨੂੰ ਲੱਗਦਾ ਵੀ
ਮੇਰੀ ਉਹਨਾਂ ਨਾਲ ਗੱਲ ਹੋਈ ਸੀਗੀ, ਮੈਂ ਕਿਹਾ ਸੀ ਵੀ ਸਾਈਡ ਇਫੈਕਟ ਕੀ ਹੋਏਗਾ, ਅਤੇ ਉਹਨਾਂ ਨੇ ਕਿਹਾ ਸੀਗਾ ਵੀ ਤੁਹਾਡੇ ਪ੍ਰੋਪਰ ਬਲੱਡ ਟੈਸਟ ਹੋਣਗੇ, ਸਭ ਕੁਝ ਉਹ ਫ੍ਰੀ ਦੇ ਵਿੱਚ ਹੋਏਗਾ, ਇਕੱਲੀ ਇਕੱਲੀ ਚੀਜ਼ ਮੋਨੀਟਰ ਹੁੰਦੀ ਰਹੇਗੀ, ਐਂਡ ਫਿਰ ਹੀ ਤੁਹਾਡੇ 'ਤੇ ਸ਼ੁਰੂ ਕਰਾਂਗੇ। ਜੇ ਬਾਏ ਚਾਂਸ ਤੁਹਾਨੂੰ ਜੇ ਕੋਈ ਸਟੱਡੀ ਤੁਹਾਨੂੰ ਵਿੱਚ ਰੋਕਣੀ ਪੈਂਦੀ, ਤੁਹਾਨੂੰ ਉਸ ਚੀਜ਼ ਦੇ ਪੈਸੇ ਮਿਲਣਗੇ, ਜਿਵੇਂ ਇੱਕ ਦਿਨ ਬਾਅਦ ਤੁਹਾਨੂੰ ਨਹੀਂ ਕੰਡਕਟ ਕਰਨ ਪਾ ਰਹੇ, ਉਹਨਾਂ ਨੂੰ ਰਿਸਕ ਲੱਗ ਰਿਹਾ, ਅਤੇ ਤੁਹਾਨੂੰ ਪੈਸੇ ਵਾਪਸ ਕਰ ਦੇਣਗੇ। ਅਤੇ ਮੈਨੂੰ ਲੱਗਦਾ ਵੀ ਆਸਟ੍ਰੇਲੀਆ ਵਰਗੇ ਸ਼ਹਿਰ ਦੇ ਵਿੱਚ ਇਹ ਸਭ ਚੀਜ਼ਾਂ ਜੋ ਕੰਡਕਟ ਕਰ ਰਹੇ ਹੈ ਉਹ ਪ੍ਰੋਪਰ ਸੇਫ ਹੈ, ਵੀ ਜੋ ਮੇਰਾ ਮੰਨਣਾ। ਬਾਕੀ ਫਿਊਚਰ ਦੇ ਵਿੱਚ ਜੇ ਮੈਨੂੰ ਇਹਨਾਂ ਵੱਲੋਂ ਹੋਰ, ਮੈਂ ਇਹਨਾਂ ਨੂੰ ਆਪਣਾ ਈਮੇਲ ਵਗੈਰਾ 'ਤੇ ਨੰਬਰ ਦਿੱਤਾ ਸੀ, ਕਿਉਂਕਿ ਮੈਂ ਇਹਨਾਂ ਦੀ ਕੈਟੇਗਰੀਜ਼ ਦੇ ਵਿੱਚ ਲਾਈਕ ਕਰਦਾ ਸੀ ਜਿਹੜੀ ਮੈਂ ਤੁਹਾਨੂੰ ਸ਼ੋਅ ਕੀਤੀਆਂ ਸੀ, ਅਤੇ ਮੇ ਬੀ ਮੈਨੂੰ ਫਿਊਚਰ ਦੇ ਵਿੱਚ ਕਾਲ ਵਗੈਰਾ ਕਰਨਗੇ ਨੈਕਸਟ ਸਟੱਡੀ। ਕਹਿੰਦੇ ਸਾਡੀ ਸਟੱਡੀਜ਼ ਆਉਂਦੀ ਰਹਿੰਦੀ ਹੈ, ਮਹੀਨੇ ਦੇ ਵਿੱਚ ਇੱਕ ਦੋ ਸਟੱਡੀਜ਼ ਤਾਂ ਆਰਾਮ ਨਾਲ ਹੁੰਦੀਆਂ। ਇੱਕ ਇਹਨਾਂ ਨੇ ਹੋਰ ਸਟੱਡੀ ਦੱਸੀ ਸੀਗੀ ਜਿਹੜੇ $7,000 to $8,000 ਸੀਗੇ, ਉਸ ਲਈ 4 ਦਿਨ ਦਾ ਹੋਸਪਿਟਲ ਦੇ ਵਿੱਚ ਰਹਿਣਾ ਪੈਂਦਾ। ਐਂਡ ਫਿਰ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਵੀ ਹੋਸਪਿਟਲ ਦੇ ਵਿੱਚ ਕੀ ਕਰਨਾ ਪੈਂਦਾ, ਅਤੇ ਇਹਨਾਂ ਨੇ ਮੈਨੂੰ ਇੱਕ ਵੀਡੀਓ ਦੱਸਤੀ ਸੀ ਵੀ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ, ਉਹ ਮੈਂ ਤੁਹਾਨੂੰ ਸ਼ੋਅ ਕਰ ਦਿੰਦਾ। ਨਿਊਕਲੀਅਸ ਨੈਟਵਰਕ ਵੀਡੀਓ ਕਿਹੜੀ ਸੀਗੀ ਇਹਨਾਂ ਦੀ, ਮੈਂ ਦੇਖਦਾ। ਇਹਨਾਂ ਨੇ ਲਿਖਿਆ ਹੋਇਆ ਇਹਨਾਂ ਦੇ ਵੈਬਸਾਈਟ ਦੇ ਵਿੱਚ ਪੇਡ ਟ੍ਰਾਇਲਸ ਆ ਰਹੇ, ਵੈਬਸਾਈਟ ਸੀਗੀ ਇਹਨਾਂ ਨੇ ਲਿਖਿਆ ਹੋਇਆ 600 day ਫੋਰ ਯੋਰ ਟਾਈਮ। ਇਹ ਮੈਂ ਇਹਨਾਂ ਨੂੰ ਆਲਰੇਡੀ ਸੈਂਡ ਕਰ ਚੁੱਕਾ, ਅਤੇ ਇਹਨਾਂ ਨੇ ਮੈਨੂੰ ਇਹ ਵੀਡੀਓ ਭੇਜੀ ਸੀ ਲਿੰਕ ਸ਼ੇਅਰ ਕਰਕੇ, ਮੈਂ ਦਿਖਾਉਂਦਾ ਵੀ ਕੀ ਹੁੰਦਾ। ਲੀਵ ਸੈਟ ਕਰ ਦਿੰਦੀ, ਰੁਕ ਜਾਓ, ਆਵਾਜ਼ ਕਿਉਂ ਨਹੀਂ ਆ ਰਹੀ, ਆ ਰਹੀ ਆਵਾਜ਼। Clinical trials play a vital role in advancing medicine and improving lives. As a healthy volunteer, you'll be paid for your time while helping to Clinical trials play a vital role in advancing medicine and improving lives. As a healthy volunteer, you'll be paid for your time while helping to develop new treatments for your loved ones and millions of other people. We have been performing clinical trials for over 15 years, and the safety of our participants is always our first priority. Your journey to becoming a clinical trial participant will start with a phone call to find the study that works best for you. Then, you'll come in for a screening appointment with one of our doctors, who will answer any questions you may have about the study. You'll also receive a free medical checkup. We'll take your vitals, measurements, and samples so we can be confident about your safety throughout the study. We have people dedicated to ensure you're comfortable and informed during your stay. When you receive your medication, our highly experienced medical team will be there to monitor your safety and comfort. Why not make the most of this downtime? You can play pool, watch Netflix, play video games, study, or just read a book. You don't have to worry about a thing. We'll provide you with 3 tasty meals a day and some snacks on the side. Once you finish your stay, we may ask you to come back for a couple of follow-up visits. After that, why not sign up for another study?
ਅਤੇ ਜਿਵੇਂ ਇਹ ਕਲੇਮ ਕਰਦੇ ਆ ਵੀ 15 ਈਅਰਸ ਹੋ ਗਏ ਇਹਨਾਂ ਨੂੰ ਐਂਡ ਕਾਫੀ ਸਾਰੇ ਇਹਨਾਂ ਦੇ ਪਾਰਟੀਸਪੈਂਟਸ ਹਿੱਸਾ ਲੈ ਚੁੱਕੇ ਐਂਡ ਇਹਨਾਂ ਦੀ ਫਸਟ ਪ੍ਰਾਇਰਟੀ ਹੈ ਸਾਡੀ ਸੇਫਟੀ, ਅਤੇ ਮੈਨੂੰ ਲੱਗਦਾ ਵੀ ਸੇਫ ਹੀ ਹੋਏਗਾ, ਵੀ ਕੋਈ ਰਿਸਕ ਵਾਲੀ ਗੱਲ ਤਾਂ ਹੈ ਨਹੀਂ। ਨਾਲੇ ਤੁਸੀਂ ਇਨਵਾਇਰਮੈਂਟ ਦੇਖ ਹੀ ਲਿਆ ਵੀ ਕਿੰਨਾ ਕੂਲ ਇਨਵਾਇਰਮੈਂਟ ਹੈ ਐਂਡ ਸਭ ਕੁਝ ਸੇਫਟੀ ਨਾਲ ਹੋ ਰਿਹਾ, ਅਤੇ ਮੇ ਬੀ ਆਉਣ ਵਾਲੇ ਫਿਊਚਰ ਦੇ ਵਿੱਚ ਇਸ ਮੰਥ ਜਾਂ ਨੈਕਸਟ ਮੰਥ ਮੈਂ ਇਹ ਚੀਜ਼ ਟਰਾਈ ਕਰਾਂਗਾ ਐਂਡ ਉਹ ਪ੍ਰੋਪਰ ਇੱਕ ਦਾ ਵੀਡੀਓ ਬਣਾਵਾਂਗੇ ਜੇ ਚਲੋ ਸਭ ਕੁਝ ਟਾਈਮ ਮੈਚ ਕਰ ਗਿਆ। ਕਿਉਂਕਿ ਇੱਦਾਂ ਵੀ 2-3 ਦਿਨ ਦਾ ਕਈ ਵਾਰੀ ਕੰਮ ਤੋਂ ਛੁੱਟੀ ਨਹੀਂ ਮਿਲਦੀ, ਕਈ ਵਾਰੀ ਯੂਨੀਵਰਸਿਟੀ ਆ ਜਾਂਦੀ, ਕਈ ਵਾਰੀ ਪੇਪਰਸ ਆ ਜਾਂਦੇ, ਕਈ ਵਾਰੀ ਕੁਛ ਆ ਜਾਂਦਾ, ਮਤਲਬ ਇਗਜ਼ਾਮਸ ਆ ਜਾਂਦੇ ਆ। ਅਤੇ ਜਿਵੇਂ ਅੱਜ ਹੀ ਮੈਂ ਹੁਣ ਇੱਕ ਇਗਜ਼ਾਮ ਦੇ ਕੇ ਹਟਿਆ, ਅਤੇ ਮੇ ਬੀ ਇਨ ਫਿਊਚਰ ਦੇ ਵਿੱਚ ਮੈਂ ਜ਼ਰੂਰ ਟਰਾਈ ਕਰਾਂਗਾ। ਅਤੇ ਨਾਲੇ ਮੈਨੂੰ ਕੋਈ ਯੂਨੀਕ ਚੀਜ਼ ਲੱਗ ਰਹੀ ਹੈ ਇੱਦਾਂ ਦੀਆਂ ਚੀਜ਼ਾਂ 'ਚ ਜੇ ਆਪਾਂ ਕਰਦੇ ਰਹੀਏ, ਅਤੇ ਮਾੜਾ ਮੋਟਾ ਮੈਨੂੰ ਲੱਗਦਾ ਵੀ ਲਾਈਫ ਦਾ। ਚਲੋ ਬਾਕੀ ਇਹੀ ਸੀਗਾ ਵੀਡੀਓ ਦੇ ਵਿੱਚ ਐਂਡ ਮਿਲਦੇ ਹਾਂ ਆਪਾਂ ਅਗਲੀ ਵੀਡੀਓ। ਸਟੇ ਸਟਰੋਂਗ, ਸਟੇ ਫਿੱਟ।